ਜੂਨ ਨੂੰ ਪਾਰਲੀਮੈਂਟ ਚੋਣਾਂ ਤਾਂ ਹੋ ਗਈਆਂ, ਵੋਟਾਂ ਪੈ ਗਈਆਂ, ਪਰ ਹੁਣ ਨਤੀਜੇ ਕੀ ਰਹਿਣਗੇ? ਨਤੀਜਾ 4 ਜੂਨ ਨੂੰ ਆਉਣਾ, ਪਰ ਜਿਹੜੇ ਵਿੱਚ ਦਿਨ ਹੈ ਇਹ ਵੀ ਕਈ ਬੰਦਿਆਂ ਨੂੰ ਉਡੀਕ ਕਰਨੀ ਔਖੀ ਲੱਗਦੀ ਆ ਤੇ ਲਗਾਤਾਰ ਚਰਚਾ ਸੀ। ਜਿੱਧਰ ਵੀ ਕਿਸੇ ਨਾਲ ਗੱਲ ਕਰਦੇ ਹਾਂ ਤਾਂ ਹਰ ਕੋਈ ਇਹ ਜਾਣਨਾ ਚਾਹੁੰਦਾ ਕਿ ਭਾਈ ਕੌਣ ਜਿੱਤ ਰਿਹਾ। ਸਾਨੂੰ ਪੁੱਛਦੇ ਨੇ ਕਿ ਵਾਹਵਾ ਤੁਸੀਂ ਪੰਜਾਬ 'ਚ ਤੁਰੇ ਫਿਰੇ ਹੈ, ਕੌਣ ਜਿੱਤ ਰਿਹਾ? ਤਾਂ ਇਸ ਸਵਾਲ ਦਾ ਜਵਾਬ ਹੁਣ ਲੋਕ ਖੁਦ ਦੇਣਗੇ ਕਿ ਹੁਣ ਕੌਣ ਜਿੱਤ ਰਿਹਾ। ਫਰੀਦਕੋਟ ਦੇ ਵਿੱਚ ਅਸੀਂ ਮੌਜੂਦ ਹਾਂ, ਰਿਆਸਤੀ ਸ਼ਹਿਰ ਔਰ ਪਿੱਛੇ ਘੰਟਾ ਘਰ ਫਰੀਦਕੋਟ ਰਿਆਸਤ ਦੀ ਨਿਸ਼ਾਨੀ, ਤਾਂ ਇੱਥੇ ਬਾਜ਼ਾਰ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਹਾਂ, ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰ ਕੌਣ ਜਿੱਤ ਰਿਹਾ। ਇੱਧਰ ਸਭ ਤੋਂ ਪਹਿਲਾਂ ਇੱਧਰ ਵੀਰ ਹੋਣੀ ਖੜੇ ਨੇ, ਬਾਈ ਜੀ ਸਿੱਧਾ ਦੱਸਿਓ ਕੌਣ ਜਿੱਤ ਰਿਹਾ? ਦੇਖੋ ਜੀ, ਐਤਵਾਰ ਜਿਹੜਾ ਲੋਕਾਂ ਦਾ ਰੁਝਾਨ ਰਿਹਾ, ਕਿਸੇ ਨਾਲ ਕੋਈ ਬਾਹਲੀ ਗੱਲਬਾਤ ਨਹੀਂ ਕੀਤੀ, ਪਰ ਜੋ ਲੋਕਾਂ ਦਾ ਚਿਹਰਾ ਕਹਿ ਰਿਹਾ ਕਿ ਇਸ ਵਾਰ ਬੀਜੇਪੀ ਸਰਕਾਰ ਨੂੰ ਮੌਕਾ ਮਿਲ ਰਿਹਾ ਕਿਸੇ ਨਾ ਕਿਸੇ ਹੱਦ ਤੱਕ। ਕਾਰਨ ਕੀ ਹੈ? ਸ਼ਹਿਰੀ ਵੋਟ ਬਹੁਤ ਭੁਗਤੀ ਹੈ, ਪਿੰਡਾਂ ਦੇ ਵਿੱਚ ਥੋੜ੍ਹਾ ਜਿਹਾ ਰਿਹਾ, ਪਰ ਕੱਲ੍ਹ ਬਹੁਤ ਵਿਰੋਧ ਰਿਹਾ, ਪਰ ਸ਼ਹਿਰ ਦੇ ਵਿੱਚ ਇਲੈਕਸ਼ਨ ਬਹੁਤ ਪੀਸਫੁਲੀ ਹੋਏ ਆ, ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਹੀਂ, ਕਿਸੇ ਬੂਥ 'ਤੇ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਹੀਂ ਹੋਇਆ। ਪਰ ਅਸੀਂ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦੇ ਹਾਂ। ਸ਼ਹਿਰ 'ਚ ਬੀਜੇਪੀ ਲੱਗਦੀ ਤੁਹਾਨੂੰ? ਜੀ ਬਿਲਕੁਲ, ਸ਼ਹਿਰ 'ਚ ਕਹਿੰਦੇ ਬੀਜੇਪੀ ਆ ਪਿੱਛੇ ਵੀਰ ਖੜਾ। ਹਾਂਜੀ ਵੀਰ, ਕਿਹੜਾ ਜਿੱਤ ਰਿਹਾ? ਫਿਰ ਵੀ ਨਹੀਂ ਆਉਂਦਾ, ਹਵਾ ਕਿਹਦੀ ਲੱਗੀ? ਹਵਾ ਮਿਕਸ ਹੀ ਆਉਣ ਗਿਆ ਜੀ। ਕਿਹਦੀ ਕਿਹਦਾ ਮੁਕਾਬਲਾ? ਮੁਕਾਬਲਾ ਆਪਣੇ ਆਪ ਦਾ ਵੀ ਹੋਊਗਾ, ਬੀਜੇਪੀ ਦਾ ਵੀ ਹੋਊਗਾ ਤੇ ਆਪਣਾ ਗੰਨਾ ਕਿਸਾਨ ਦਾ ਵੀ ਹੋਊਗਾ। ਅੱਛਾ, ਆਜ਼ਾਦ ਦਾ ਸਾਰਾ ਦਾ ਮੁਕਾਬਲਾ। ਸਾਹਿਬ ਸਾਹਿਬ, ਕਿਹੜਾ ਜਿੱਤੂ ਫਿਰ ਐਤਕੀ ਲੱਗਦਾ? ਵੋਟਾਂ ਤਾਂ ਪੈ ਗਈਆਂ, ਮੋਦੀ ਜਿੱਤੂਗਾ ਜੀ। ਹੈਂ? ਮੋਦੀ? ਅੱਛਾ, ਤੁਸੀਂ ਪਿੰਡਾਂ ਦੇ ਹੈ, ਨਾਲੇ ਪਿੰਡਾਂ 'ਚ ਜਾਂਦੇ ਵਿਰੋਧ ਹੋਇਆ? ਨਹੀਂ। ਅੱਛਾ, ਬੀਬੀ ਕੌਣ ਜਿੱਤੂ? ਵਧੀਆ ਵੋਟ ਪਈ ਹੈ ਜੀ ਮੋਦੀ ਸਾਹਿਬ ਨੂੰ। ਅੱਛਾ, ਹਾਂਜੀ, ਬਹੁਤ ਵਧੀਆ ਚਾਂਸ ਹੈ। ਲਓ ਜੀ ਇੱਧਰ ਚੱਲਦੇ ਆ, ਵੀਰ ਨਹੀਂ ਕਰੀ ਮਾੜਾ ਜਿਹਾ ਇੱਧਰ, ਬਾਈ ਜੀ ਖੜ ਜਾਓ ਖੜ ਜਾਓ ਖੜ ਜਾਓ। ਵੀਰ ਵੋਟਾਂ ਪੈ ਗਈਆਂ, ਸਾਰਾ ਕੁਝ ਹੋ ਗਿਆ, ਹੁਣ ਕੀ ਲੱਗਦਾ ਗੱਲਾਂ ਬਾਤਾਂ ਕਿਹਦੀਆਂ ਹੋ ਰਹੀਆਂ, ਕੌਣ ਜਿੱਤੂ? ਆਜ਼ਾਦ ਭਾਜੀ ਸਬਜੀਤ ਸਿੰਘ, ਗੰਨਾ ਕਿਸਾਨ। ਪੱਕਾ ਜੀ। ਬੀਬੀ ਕੌਣ? ਗੰਨਾ ਕਿਸਾਨ ਜੀ। ਤੁਸੀਂ ਤਾਂ ਘਰੇ ਸਲਾਹ ਕਰਕੇ ਪਾਈ ਹੋਣੀ ਵੋਟ। ਹਾਂਜੀ ਹਾਂਜੀ ਜ਼ਰੂਰ ਕੀ ਆਪਣੀ ਵੋਟ ਮਾਰਾ। ਅੱਛਾ, ਪੱਕਾ ਜੀ ਪੱਕਾ, ਇਹਦਾ ਪੱਕੀ ਵੋਟ ਵਾਲਿਆ। ਇੱਧਰ ਵੀਰ ਹੋਣੀ, ਵੀਰ ਕਿਹੜਾ ਜਿੱਤੂ? ਸਰਬਜੀਤ, ਗੰਨਾ ਕਿਸਾਨ। ਆਜ਼ਾਦ? ਹਾਂਜੀ ਭਾਈ ਜੀ। ਹਾਂਜੀ ਸਰ, ਨਤੀਜੇ ਚਾਹੇ ਜੋ ਮਰਜ਼ੀ ਹੋਣ, ਪਰ ਜੋ ਸ਼ਾਂਤਮਈ ਤਰੀਕੇ ਨਾਲ ਇਹ ਚੋਣਾਂ ਹੋਈਆਂ, ਇੱਕ ਉਤਸਵ ਵਾਂਗੂ ਮਨਾਇਆ ਗਿਆ। ਮੈਂ ਬੂਥ ਨੰਬਰ 28 ਦਾ BLO ਹੈ ਜੀ। ਕਮਾਲ ਹੀ ਹੈ, ਜਿਵੇਂ ਕਿ ਲੱਗਦਾ ਸੀ ਲੋਕਾਂ ਨੂੰ ਕਿ 50% ਮਸਾਂ ਹੀ ਪੈਣੀ ਹੈ ਵੋਟ, ਪਰ 70% ਮੇਰੇ ਬੂਥ ਦੀ ਪਈ ਹੈ ਜੀ। ਨਤੀਜੇ ਚਾਹੇ ਜੋ ਮਰਜ਼ੀ ਹੋਣ, ਕੋਈ ਜਿੱਤੇ। ਚਲੋ ਚਲੋ ਆਪਾਂ ਅੱਗੇ ਚੱਲਦੇ ਹਾਂ ਹੋਰ ਲੋਕਾਂ ਦੀ। ਆਹ ਵੀਰ ਇੱਧਰ ਲਿਆਵੜਾ ਹੈ, ਵਾਹਵਾ ਵੀਰ ਸਵਾਰੀਆਂ ਲੈ ਕੇ ਜਾਂਦਾ ਹੋਣਾ। ਵੀਰ ਸਵਾਰੀਆਂ ਸਵਾਰੀਆਂ ਵਿੱਚ ਬਹਿੰਦੀਆਂ, ਕਿਹਦੀ ਗੱਲ ਜ਼ਿਆਦਾ ਹੋ ਰਹੀ ਵੀ ਕਿਹੜਾ ਜਿੱਤੂ? ਦੇਖੋ ਹੁਣ ਕੀ ਕਹਿ ਸਕਦੇ ਆ, ਹੁਣ ਜਦੋਂ ਨਤੀਜਾ ਆਊਗਾ ਉਦੋਂ ਹੀ ਪਤਾ ਲੱਗੇ। ਪਰ ਚਰਚਾ ਕਿਹਦੀ ਲੱਗਦੀ ਹੁਣ, ਵੋਟਾਂ ਤਾਂ ਪੈ ਗਈਆਂ। ਪਰਚਾ ਤਾਂ ਹੁਣ ਜਿਵੇਂ ਲੱਗਦਾ ਪਿਆ ਸਾਰੇ ਬਰਾਬਰ, ਉਹਨਾਂ ਆਈਡੀਆ ਲੱਗਦਾ ਨਹੀਂ ਗਾ ਬਾਈ, ਹੁਣ ਨਹੀਂ ਲੱਗਦਾ ਆਈਡੀਆ, ਗੁਲਮੋਲ ਜੀ ਕਰੀ ਜਾਂਦਾ। ਇੱਧਰ ਆ ਵੀਰ ਹੋਣੀ ਆਈ, ਵੀਰ ਖੜ੍ਹ ਜਾਓ ਖੜ੍ਹ ਜਾਓ ਖੜ੍ਹ ਜਾਓ। ਅੱਛਾ ਵੀਰ, ਵੋਟਾਂ ਪੈ ਗਈਆਂ, ਕੀ ਲੱਗਦਾ ਕਿਹੜਾ ਜਿੱਤੂ? ਰੌਲਾ ਕਿਹਦਾ ਜ਼ਿਆਦਾ ਆ? ਸਮਝ ਨਹੀਂ ਆਉਂਦੀ ਬਾਈ ਯਾਰ ਐਤਕੀ ਤਾਂ। ਫਿਰ ਵੀ ਜ਼ਿਆਦਾ ਗੱਲਾਂ ਕਿਹਦੀਆਂ ਹੋਈਆਂ? ਐਤਕੀ ਵਿੱਚ ਹੀ ਆ, ਰੌਲਾ ਗੋਲਾ ਜਿਹਾ ਹੀ ਆ, ਰੌਲਾ ਗੋਲਾ ਜਿਹਾ ਹੀ ਆ। ਬਾਪੂ ਜੀ, ਬਾਪੂ ਜੀ ਖੜ੍ਹ ਜਾਓ ਖੜ੍ਹ ਜਾਓ। ਬਾਪੂ ਜੀ ਕੀ ਲੱਗਦਾ, ਵੋਟਾਂ ਤਾਂ ਪੈ ਗਈਆਂ, ਕਿਹੜਾ ਜਿੱਤਣਾ? ਜਿੱਤੂਗਾ ਗੰਨੇ ਵਾਲਾ ਜੀ। ਅੱਛਾ, ਆਜ਼ਾਦ ਗੰਨੇ ਵਾਲਾ ਜਿੱਤੂ ਕਹਿੰਦੇ, ਤਾਂ ਪਿੱਛੇ ਨੂੰ ਆ ਜਾਓ ਰਜਿੰਦਰ, ਥੋੜ੍ਹਾ ਪਿਛਲੇ ਪਾਸੇ ਚੱਲਦੇ ਹਾਂ ਤਾਂ ਕਿ ਹੋਰ ਲੋਕਾਂ ਦੀ ਰਾਏ ਜਿਹੜੀ ਉਹ ਲੈ ਸਕੀਏ। ਅੱਗੇ ਨੂੰ ਚੱਲਦੇ ਹਾਂ, ਤਾਂ ਇਹ ਫਰੀਦਕੋਟ ਹੈ ਜੀ, ਫਰੀਦਕੋਟ ਦੇ ਲੋਕਾਂ ਨੇ ਕਿੱਧਰ ਵੋਟ ਕੀਤੀ? ਖੜ੍ਹ ਜਾਓ ਖੜ੍ਹ ਜਾਓ ਖੜ੍ਹ ਜਾਓ, ਤੁਹਾਡਾ ਰਕਸ਼ਾ ਰਕਾ ਲਿਆ। ਅੱਛਾ ਕੀ ਲੱਗਦਾ ਜਿੱਤੂ ਕਿਹੜਾ ਐਤਕੀ? ਹਾਂਜੀ, ਕਿਹੜਾ ਜਿੱਤਦਾ ਲੱਗਦਾ? ਪਤਾ ਨਹੀਂ ਕਿਹੜਾ ਜਿੱਤੂ ਜਾਣ। ਫਿਰ ਵੀ ਰੌਲਾ ਕਿਹਦਾ ਜ਼ਿਆਦਾ ਆ? ਝਾੜੂ ਵਾਲੇ ਦਾ ਸੀ ਰੌਲਾ ਜਿਹਾ। ਅੱਛਾ ਚਲੋ, ਆਪਣੀ ਆਪਣੀ ਰਾਏ ਆ, ਤਾਂ ਇੱਧਰ ਆਓ ਜੀ ਪਿੱਛੇ।
ਇੱਧਰ ਰਾਜਿੰਦਰ ਆਏ ਸਰਦਾਰ ਸਾਹਿਬ ਖੜ ਜਾਓ, ਮਾਰੋ ਬ੍ਰੇਕ, ਇਹ ਤਾਂ ਦੁੱਧ ਲੈ ਕੇ ਚੱਲੇ ਆ, ਅੱਗੇ ਚੱਲਦੇ ਹਾਂ ਜੀ। ਰਜਿੰਦਰ ਆਗਰਾ ਦੀ ਆ ਜਾਓ ਰਜਿੰਦਰ, ਉਹ ਚੌਂਕ ਦੇ ਵਿੱਚ ਚੱਲਦੇ ਹਾਂ, ਕੁਝ ਲੋਕ ਇੱਥੇ ਹੈਗੇ ਆ, ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਬੀਬੀ ਖਰਚ ਕਿਹੜਾ ਪਿੰਡ ਬੀਬੀ? ਅੱਛਾ ਬੀਬੀ, ਕੀ ਲੱਗਦਾ ਕਿਹੜਾ ਜਿੱਤੂ ਐਤਕੀ? ਕਿਹਦੀਆਂ ਗੱਲਾਂ ਜ਼ਿਆਦਾ ਆ? ਮਾਲਕ ਨੂੰ ਹੀ ਪਤਾ। ਫਿਰ ਵੀ ਬੀਬੀ ਤੁਹਾਡੇ ਪਿੰਡ 'ਚ ਕਿਹਦੀਆਂ ਗੱਲਾਂ ਪਤਾ ਬਾਹਲੀਆਂ ਸੀ? ਸਾਡੇ ਤਾਂ ਭਗਵੰਤ ਮਾਨ ਦੀਆਂ ਹੀ ਆ। ਅੱਛਾ, ਲਓ ਜੀ, ਤਾਂ ਇਹ ਮਿਲੀ ਜੁਲੀ ਪ੍ਰਤੀਕਿਰਿਆ। ਅੱਗੇ ਚੱਲੋ, ਆਓ ਜੀ, ਆਹ ਵੀਰ ਬੈਠਾ। ਹਾਂ ਵੀਰ, ਇਹ ਮਿਹਨਤ ਮਜ਼ਦੂਰੀ ਵਾਲੇ ਹੋ? ਅੱਛਾ, ਕੌਣ ਜਿੱਦਾਂ ਲੱਗਦਾ? ਰਜਿੰਦਰ ਇੱਧਰ ਚੱਲਦੇ, ਵੀਰ ਹੋਣੀ ਖੜੇ, ਦੋ ਤਿੰਨ ਜਾਣੇ, ਇਹਨਾਂ ਦੀ ਰਹਿ ਵੀ ਜਾਣ ਲਈਏ। ਬਾਈ ਜੀ, ਵੋਟਾਂ ਵੋਟਾਂ ਪੈ ਗਈਆਂ, ਸਾਰਾ ਕੁਛ ਨਿਬੜ ਗਿਆ, ਹੁਣ ਬੈਠ ਕੇ ਗੱਲਾਂ ਬਾਤਾਂ ਆਪਾਂ ਅਕਸਰ ਕਰਦੇ ਹਾਂ, ਕੀ ਲੱਗਦਾ ਕਿਹੜਾ ਜਿੱਤੂ? ਦੇਖੋ ਭਾਅ ਜੀ, ਹਲੇ ਤਾਂ ਕਹਿਣਾ ਮੁਸ਼ਕਿਲ ਆ, ਰਲਵੀਂ ਮਿਲਵੀਂ ਆਵਾਜ਼ ਆ ਰਹੀ ਹੈ ਸਾਰੇ। ਕਿਹਦੀ ਕਿਹਦੀ? ਮਤਲਬ ਸਾਰੇ ਹੀ ਆ ਰਹੀ ਆਵਾਜ਼, ਜ਼ਿਆਦਾਤਰ ਆਮ ਆਦਮੀ ਪਾਰਟੀ ਦੀ ਜ਼ਿਆਦਾ ਅਤੇ ਸਰਬਜੀਤ ਭਾਅ ਜੀ ਦੀ ਉਹਨਾਂ ਦੇ ਵੀ ਚੰਗੇ ਆ, ਚੰਗਾ ਲੋਕਾਂ ਦਾ ਮਤਲਬ ਸੁਣ ਰਹੇ ਹਾਂ, ਮੁਕਾਬਲਾ ਉਹਨਾਂ ਵੱਲੋਂ। ਹਾਂਜੀ ਹਾਂਜੀ, ਮੁਕਾਬਲਾ ਹੈ। ਹਾਂ ਵੀਰ, ਕੀ ਲੱਗਦਾ ਤੁਹਾਡੇ ਚੈਨਲ ਵਾਲੇ ਅਲੱਗ ਅਲੱਗ ਦੇ ਰਹੇ ਸਰਵੇ? ਸਰਵੇ ਨੂੰ ਛੱਡੋ, ਤੁਸੀਂ ਆਪਦੀ ਗੱਲ ਕਰਨੀ ਆ, ਸਰਵੇ ਤੁਹਾਡਾ ਲੋਕਾਂ 'ਚ ਹੋਣਾ, ਤੁਸੀਂ ਦੱਸੋ ਕੀ ਲੱਗਦਾ ਕਿਹੜਾ ਜਿੱਤੂ? ਲੜ ਦੇ ਰਹੇ ਆ ਤੇ ਦੂਜੇ ਹੋਰ ਦੇ ਰਹੇ ਆ, ਵੈਸੇ ਤਾਂ ਕਾਂਗਰਸ ਦਾ ਜ਼ਿਆਦਾ ਲੱਗਦਾ ਜੋਰ, ਕਾਂਗਰਸ ਦਾ ਜ਼ਿਆਦਾ ਲੱਗਦਾ। ਆਹ ਵੀਰ ਨਹੀਂ ਕਰੋ ਮਾੜਾ ਰਜਿੰਦਰ। ਬਾਈ ਜੀ, ਕੀ ਲੱਗਦਾ? ਸੇਮ ਹੀ ਹੈ ਬਾਈ ਜੀ, ਰਲਵਾ ਮਿਲਵਾ ਸਾਹਿਬ ਹੈ। ਕਾਂਗਰਸ ਦਾ ਮੇਨ, ਆਮ ਆਦਮੀ ਪਾਰਟੀ ਦਾ ਤੇ ਸਰਬਜੀਤ ਭਾਜੀ ਦਾ, ਤਿੰਨ ਆਜ਼ਾਦ ਵਾਲੇ, ਤਿੰਨਾਂ ਦਾ ਹੀ ਚੱਲ ਰਿਹਾ ਜੀ। ਚਲੋ ਜੀ, ਅੱਗੇ ਆਓ ਰਜਿੰਦਰ, ਬਾਹਰ ਮਾਰੋ ਮਾੜਾ ਜਿਹਾ ਲਾਈਟ, ਬਾਹਰਲੇ ਪਾਸੇ ਚੱਲ ਗਏ। ਉਹ ਬਾਬਾ, ਤੁਸੀਂ ਮਗਰ ਮਗਰ ਤੁਰੇ ਫਿਰਦੇ ਆ, ਲੰਘ ਜਾਓ ਤਾਂ, ਇੱਧਰ ਖੜ ਜਾਓ ਜੀ, ਖੜ ਜਾਓ ਇੱਧਰ ਬਾਈ ਵਾਲੇ ਪਾਸੇ ਆ ਮਾੜਾ ਰਜਿੰਦਰ, ਬਾਈ ਜੀ ਵੀ ਰਹਿ ਜਾਣ ਲਈਏ। ਬਾਈ ਜੀ, ਕੀ ਲੱਗਦਾ ਐਤਕੀ ਵੋਟਾਂ ਕਿਹਨੂੰ ਜ਼ਿਆਦਾ ਪੈ ਗਈਆਂ, ਕਿਹੜਾ ਜਿੱਤੂ? ਕੋਈ ਪਤਾ ਨਹੀਂ ਲੱਗਦਾ ਜੀ ਅਜੇ ਤਾਂ। ਫਿਰ ਵੀ ਨਹੀਂ ਕੋਈ ਪਤਾ ਨਹੀਂ। ਪਿੰਡ ਕੀ ਆਂਦੇ ਆ? ਪਿੰਡ ਤਾਂ ਜ਼ਿਆਦਾ ਗੰਨੇ ਵਾਲਿਆਂ ਨੂੰ ਹੀ ਜ਼ਿਆਦਾ ਆ। ਕਿਹਨੂੰ? ਗੰਨੇ ਵਾਲਿਆਂ ਨੂੰ। ਗੰਨੇ ਵਾਲਿਆਂ ਨੂੰ? ਹਾਂਜੀ। ਲਓ ਜੀ, ਆਓ ਫਿਰ ਅੱਗੇ ਆਓ ਰਜਿੰਦਰ, ਆਓ ਚੌਂਕ ਦੇ ਵਿੱਚ ਅਗਲੇ ਪਾਸੇ। ਸਰਦਾਰ ਸਾਹਿਬ ਖੜੇ ਹੋ ਜੀ ਇੱਕ ਮਿੰਟ। ਅੱਛਾ, ਵੋਟਾਂ ਤਾਂ ਪੈ ਗਈਆਂ ਜੀ, ਕੀ ਲੱਗਦਾ ਕਿਹੜਾ ਬਾਜੀ ਮਾਰਦਾ ਲੱਗਦਾ? ਕਿੱਥੋਂ? ਪੰਜਾਬ ਤੋਂ ਕਿ ਆਪਣੇ? ਫਰੀਦਕੋਟ। ਫਰੀਦਕੋਟ ਤੋਂ? ਕੁਛ ਨਹੀਂ ਕਹਿ ਸਕਦੇ। ਫਿਰ ਵੀ ਜੀ, ਜ਼ਿਆਦਾ ਗੱਲਾਂ ਪਤਾ ਕਿਹਦੀਆਂ ਚੱਲ ਰਹੀਆਂ? ਗੱਲਬਾਤ ਸਰਬਜੀਤ ਦੀ ਚੱਲਦੀ, ਪਰ ਮੈਨੂੰ ਜਿੱਦਾਂ ਨਹੀਂ ਲੱਗਦਾ ਜ਼ਿਆਦਾ ਗੱਲਾਂ ਵਧੀਆ ਚੱਲਦੀਆਂ। ਫਿਰ ਕਿਹੜੇ ਨਾਲ ਮੁਕਾਬਲਾ? ਕਿਹਦੇ ਨਾਲ ਸੀ? ਕਰਮਜੀਤ ਅਨਮੋਲ, ਆਮ ਆਦਮੀ ਨਾਲ। ਇੱਧਰ ਆ ਵੀਰ, ਨਹੀਂ ਕਰੋ ਕਰਾਂ ਦੀ। ਹਾਂ ਵੀਰ, ਕੀ ਲੱਗਦਾ? ਝਾੜੂ ਦੇ ਚਾਂਸ ਆ ਬਾਈ। ਅੱਛਾ, ਝਾੜੂ ਮੁਕਾਬਲਾ ਕਿਹਦੇ ਨਾਲ ਹੋਇਆ? ਮੁਕਾਬਲਾ ਆਇਆ ਉਹਦੇ ਨਾਲ, ਗੰਨਾ ਕਿਸਾਨ ਨਾਲ। ਗੰਨਾ ਕਿਸਾਨ ਨਾਲ? ਇੱਧਰ ਝਾੜੂ। ਅੱਛਾ, ਇੱਧਰ ਲਿਆ ਕਰ। ਲੋ ਜੀ, ਕਿਹੜਾ ਜਿੱਤੂ? ਹਾਂਜੀ, ਕਿਹੜਾ ਜਿੱਤ ਰਿਹਾ? ਆਲੇ ਜੀ ਕਿ ਹੰਸਾ ਹੈ ਮੋਦੀ ਸਾਹਿਬ ਨੇ ਜਿੱਤਣਾ, ਮੋਦੀ ਸਾਹਿਬ ਦੇ ਭਗਤ ਨੇ। ਚਲੋ ਜੀ ਅੱਗੇ। ਹਾਂ ਵੀਰ, ਕੀ ਲੱਗਦਾ ਕਿਹੜਾ ਬਾਜੀ ਮਾਰ ਗਿਆ? ਕਾਂਗਰਸੀ। ਕਾਂਗਰਸ ਪਿੱਛੇ ਆਓ। ਬਾਪੂ ਜੀ, ਕਿਹੜਾ ਬਾਜੀ ਮਾਰ ਗਿਆ? ਵੇਖੋ, ਪਤਾ ਨਹੀਂ ਵੇਖੋ। ਅੱਗੇ ਆਓ ਜੀ, ਪਿੱਛੇ ਆ ਜੀ ਰਜਿੰਦਰ, ਇੱਧਰ ਚੱਲਦੇ ਹਾਂ। ਇੱਧਰ ਬਾਈ ਜੀ ਨਹੀਂ ਚੱਲ ਕਰਾਂ ਦੀ। ਬਾਈ ਜੀ, ਕੀ ਲੱਗਦਾ ਫਰੀਦਕੋਟ 'ਚ ਕਿਹਦੀ ਝੰਡੀ ਆ? ਝਾੜੂ ਦੀ। ਝਾੜੂ ਦੀ ਆ? ਮੁਕਾਬਲਾ? ਮੁਕਾਬਲਾ ਗੰਨੇ ਨਾਲ ਰਹੂਗਾ। ਅੱਛਾ, ਟੱਕਰ ਕਿੰਨੀ ਕੁ ਹੈ? ਫੁੱਲ ਫੁੱਲ ਟੱਕਰ ਆ, ਪੂਰੀ ਟੱਕਰ ਆ ਜੀ। ਉਹ ਦਰਾਬ ਪਰਲੀ ਚੁੰਡ 'ਚ, ਇੱਧਰ ਅਰਜੁਨ ਕਰਾਂ ਦੀ। ਕੋਈ ਨਹੀਂ ਬਾਬਾ, ਫਿਰ ਹੁਣੇ ਖੜ ਜਾ, ਇੱਧਰ ਭੁਗਤਾ ਲਈਏ ਪਹਿਲਾਂ ਬੰਦੇ। ਲੈ ਵੀਰ, ਨਹੀਂ ਕਰਾਂ ਵੀਰ, ਵੋਟਾਂ ਵਾਲਾ ਕੰਮ ਨਿਬੜ ਗਿਆ ਹੁਣ, ਹੁਣ ਲੱਗਦਾ ਕੀ ਹੈ ਕਿਹਨੂੰ ਜ਼ਿਆਦਾ ਪੈ ਗਈ? ਕਾਂਗਰਸ ਨੂੰ ਜ਼ਿਆਦਾ ਲੱਗਦਾ ਜੀ। ਅੱਛਾ, ਮੁਕਾਬਲਾ? ਅਕਾਲੀ ਦਲ ਨੇ ਚੱਲੂਗਾ ਜੀ। ਅਕਾਲੀ ਦਲ ਨਾਲ ਜੀ? ਅਕਾਲੀ ਦਲ ਨਾਲ ਟੱਕਰ ਹੈ? ਲਓ ਜੀ, ਆ ਪਿੱਛੇ ਇੱਧਰ ਲਈ ਕਰ ਮਾੜਾ, ਇੱਧਰ ਵੀਰ ਵਾਲੇ ਪਾਸੇ। ਹਾਂਜੀ ਬਾਈ ਜੀ, ਕਿਤੇ ਕਿਤੇ ਮੁਕਾਬਲਾ ਲੱਗਿਆ ਐਤਕੀ, ਬਾਜੀ ਕਿਹੜਾ ਮਾਰੂ?
ਸਾਰੇ ਮਾਰਨਗੇ ਮੇਰੇ ਹਿਸਾਬ ਨਾਲ, ਪੁੱਠੇ ਸਿੱਧੇ ਹੋਣਗੇ, ਇਕੱਠੇ ਜਿੱਤ ਜਾਣਗੇ ਸਾਰੇ, ਇਕੱਠੇ ਜਿੱਤਣਗੇ। ਫਿਰ ਵੀ ਕੀ ਲੱਗਦਾ ਟੱਕਰ? ਟੱਕਰ ਵੇਖੋ ਯਾਰ, ਝਾੜੂ ਜਿੱਤੂਗਾ। ਅੱਛਾ ਵੀਰ, ਕਰ ਮਾੜਾ ਮੂੰਹ ਐ ਨੂੰ ਕੀ ਲੱਗਦਾ? ਇਹ ਤਾਂ ਪਰਮਾਤਮਾ ਦਾ ਸੀਗਾ, ਹੁਣ ਜੋਰ ਹਰੇਕ ਪਾਰਟੀ ਦੇ ਫੁੱਲ ਆ, ਬਾਕੀ ਸਮੇਂ ਤੇ ਪਤਾ ਲੱਗਣਾ ਹੁਣ ਕੀ ਮੰਨਦਾ ਕੀ ਨਹੀਂ ਮੰਨਦਾ। ਨਹੀਂ ਪਰ ਵੋਟ ਤੁਹਾਡੇ ਨਾਲ ਲੈਣੇ ਜਿਹੜੀਆਂ ਪਾਈਆਂ ਉਹ ਤਾਂ ਨਹੀਂ ਪਤਾ ਲੱਗਦਾ ਕਿੰਨੇ ਕਿੱਧਰ ਪਈਆਂ? ਆ ਨਹੀਂ ਪਤਾ ਕਿਸੇ ਦਾ ਕੁਛ, ਇਕੱਲੀ ਇਕੱਲੀ ਵੋਟ ਨੇ ਜਿਤਾਉਣਾ। ਹਾਂ ਇਹ ਤਾਂ ਬਸ ਹੁਣ ਸਮੇਂ ਤੇ ਪਤਾ ਲੱਗਣਾ ਕੀ ਬਣ ਗਿਆ। 4 ਤਰੀਕ ਡੀਕ ਲੋ, ਕਹਿੰਦਾ ਆ ਜਾਓ ਜੀ, ਖੜ ਜਾਓ। ਸਿਰ ਮਾਰਤਾ ਵੀਰ ਨੀ ਕਰੀ ਮਾੜਾ ਪਿੱਛੇ ਵੀਰ ਵਾਲੇ ਪਾਸੇ। ਵੀਰ ਕੀ ਲੱਗਦਾ ਕਿਹੜਾ ਬਾਜੀ ਮਾਰੂ? ਬੀਜੇਪੀ ਜਿੱਤੂਗੀ। ਬੀਜੇਪੀ ਜਿੱਤੂਗੀ, ਚਲੋ ਤੁਹਾਡਾ ਕਾਰਡ ਦੱਸਦਾ। ਆ ਪਿੱਛੇ ਆ ਮਾੜਾ, ਉਹ ਦੁਕਾਨ ਵਾਲੇ ਪਾਸੇ ਇੱਥੇ ਖੜੇ ਨੇ ਕੁਝ ਕੁ ਜਾਣੇ, ਜਾਂਦੇ ਇੱਕ ਮਿੰਟ ਜਾਂਦੇ ਇੱਥੇ ਭੁਗਤਾ ਦੀਏ। ਹਾਂਜੀ ਅੰਕਲ ਜੀ, ਕੀ ਲੱਗਦਾ ਕਿਹੜਾ ਜਿੱਤ ਰਿਹਾ? ਇਹ ਜੀ ਮੈਂ ਤਾਂ ਵੋਟ ਪਾਇਆ, ਮੈਨੂੰ ਤਾਂ ਪਤਾ ਨੀ, ਇੱਕੋ ਜੇ ਖੜੇ 4-5 ਜਾਣੇ, ਪਤਾ ਨੀ ਕਿਹਨੂੰ ਪਾਤੇ। ਹੋਰ ਹਾਂ, ਮੈਨੂੰ ਪਤਾ ਨੀ ਲੱਗਾ ਵੀ ਕਿੱਥੇ ਲਾਉਣੀ ਮੋਹਰ, ਨਾ ਕਿਸੇ ਨੇ ਦੱਸਿਆ। ਵੋਟ ਪਾਉਣ ਉੱਠ ਗਿਆ, ਉਹ ਕਹਿੰਦੇ ਬਟਨ ਨੀ ਹਜੇ ਚੱਲਿਆ, ਤੂੰ ਫਿਰ ਮੋੜ ਪਛਾਣ ਨੂੰ, ਉਹ ਮੁੜ ਕੇ ਟੀ ਟੀ ਜੀ ਕੀਤੀ ਕਿਤੇ ਉਹਨਾਂ ਦੇ ਜਾਵੜਾ। ਲਓ ਭਾਈ ਆ ਵੋਟਾਂ ਪਾਉਣ ਵਾਲੇ ਸੁਣ ਲਓ, ਉਹਨਾਂ ਦਾ ਮੈਨੂੰ ਤਾਂ ਪਤਾ ਨੀ ਲੱਗਿਆ, ਜਾਣੀ ਪਤਾ ਨੀ ਕਿਹਨੂੰ ਵੋਟ ਪੈ ਸਕਦੀ ਸੀ, ਕਿਹਦੀ ਖਰਾਬ ਹੋ ਗਈ, ਤੇ ਜਿੱਥੇ ਟੀ ਟੀ ਕਰਾਈ ਗਈ ਇਹਨਾਂ ਨੇ ਉੱਥੇ ਕਰਾ ਦਿੱਤੀ। ਅੰਕਲ ਜੀ ਇੱਕ ਮਿੰਟ ਖੜੇ ਹੋ, ਅੰਕਲ ਜੀ ਖੜੇ, ਅੰਕਲ ਵਾਲੇ ਪਾਸੇ ਚੱਲਦੇ ਆ। ਸਸੀ ਅੰਕਲ ਜੀ ਕੀ ਲੱਗਦਾ, ਕਿਹਦੀ ਗੱਲਬਾਤ ਲੱਗਦੀ ਐਤਕੀ? ਕਿਹਦੀ ਜੀ? ਕਿਹੜਾ ਜਿੱਤ ਰਿਹਾ ਫਿਰ? ਵੇਖੋ ਜੀ ਅਜੇ ਕੁਛ ਕਹਿ ਸਕਦੇ ਨਹੀਂ, ਬੂਟਾ ਤਾਂ ਪੈ ਗਈਆਂ ਹੁਣ, ਉਹ ਤੋਂ ਬਾਅਦ ਆਪਾਂ ਗੱਲਾਂ ਬਾਤਾਂ ਵੀ ਕਰਦੇ, ਫਲਾਨਾ ਅੱਗੇ ਲੱਗਦਾ। ਅਜੇ ਕੋਈ ਗੱਲਬਾਤ ਨਹੀਂ ਆਈ, ਠੀਕ ਹੈ ਨਾ ਗੱਲ, ਅਜੇ ਵਿਚਾਰ ਮੇਰੇ ਵਿਚਾਰ ਮੁਤਾਬਕ ਅਜੇ ਕੋਈ ਪਤਾ ਨਹੀਂ। ਅੱਛਾ ਮੁਕਾਬਲਾ ਕਿਤੇ ਕਿਤੇ ਲੱਗਿਆ ਤੁਹਾਨੂੰ? ਮੁਕਾਬਲਾ ਤਾਂ ਜ਼ਿਆਦਾ ਹੁਣ ਝਾੜੂ ਵਾਲਾ ਹੀ ਆ। ਅੱਛਾ ਹਾਂ, ਬਾਕੀ ਤਾਂ ਥੱਲੇ ਜੇ ਲੱਗਦੇ, ਬਾਕੀ ਥੱਲੇ ਲੱਗਦੇ। ਚਲੋ ਜੀ ਅੱਗੇ। ਹਾਂ ਵੀਰ। ਹਾਂਜੀ। ਕਿਹੜਾ ਅੱਗੇ? ਅੱਗੇ ਆਹੀ ਆ ਜੀ, ਝਾੜੂ ਵਾਲਾ ਹੀ। ਝਾੜੂ ਵਾਲਾ ਅੱਗੇ ਆ, ਚਲੋ ਜੀ ਆ ਮਾਰ ਇੱਧਰ ਮੜਾ ਜਾ, ਮਿਲੀ ਜੁਲੀ। ਹਾਂ ਵੀਰ, ਕਿਹੜਾ ਅੱਗੇ ਲੱਗਿਆ ਤੁਹਾਨੂੰ? ਐਤਕੀ ਲੱਗਦਾ ਤਾਂ ਆਊਗਾ ਜੀ, ਗੰਨੇ ਵਾਲਾ ਹੀ ਆਊਗਾ। ਗੰਨੇ ਵਾਲਾ ਆਊਗਾ? ਹਾਂਜੀ। ਹਾਂ ਵੀਰ, ਸਰਦ ਕੀ ਸਰਕਾਰ ਨੂੰ ਕੌਣ? ਮੈਂ ਜੀ, ਲਓ ਹਾਂ ਝਾੜੂ ਵਾਲਾ ਆਊਗਾ ਜੀ। ਅੱਛਾ ਪੱਕਾ? ਲਓ ਜੀ ਇਹ ਕਹਿੰਦਾ ਪੱਕਾ। ਇੱਧਰ ਮਾਰ ਮਾੜਾ ਜਾ ਚੰਨ ਪਿਛਲੇ ਪਾਸੇ ਨੂੰ। ਵੀਰ ਖੜ ਜਾ ਇੱਕ ਮਿੰਟ, ਇੱਕ ਮਿੰਟ, ਕੀ ਲੱਗਦਾ ਕਿਹਦੀ ਐਤਕੀ ਝੰਡੀ ਆ, ਕਿਹੜਾ ਜਿੱਤ ਰਿਹਾ? ਬਈ 4 ਜੂਨ ਨੂੰ ਪਤਾ ਲੱਗ ਜੂਗਾ। 4 ਨੂੰ ਤਾਂ ਸਰ ਹੁਣ ਲੱਗ ਜੂ, ਅਸੀਂ ਤਾਂ ਅੱਜ ਪੁੱਛਿਆ ਯਾਰ, ਲੱਗ ਜੂ ਪਤਾ ਕੋਈ ਨੀ, ਲੱਗ ਜੂ ਪਤਾ। ਇੱਧਰ ਆਓ ਜੀ ਪਿੱਛੇ ਸਰਦਾਰ ਸਾਹਿਬ ਵਾਲੇ ਪਾਸੇ, ਰਜਿੰਦਰ ਰਾਜਾ ਕਰਨ ਦੀ ਨੇੜੇ ਜੇ। ਬਾਈ ਜੀ ਕੀ ਲੱਗਦਾ ਕਿਹਦੀ ਝੰਡੀ ਹੋ ਗਈ ਐਤਕੀ? ਵੋਟਾਂ ਤਾਂ ਪੈ ਗਈਆਂ, ਕਿਹਦਾ ਰੌਲਾ ਰੱਪਾ ਜ਼ਿਆਦਾ ਕੰਮ ਕਰ ਗਿਆ? ਰੌਲਾ ਪਤਾ ਹੈ ਜੀ, ਬੜਾ ਹਵਾ ਗੰਨੇ ਦੀ ਹੋਈ ਹੈ ਜੀ। ਅੱਛਾ ਆਜ਼ਾਦ ਉਮੀਦਵਾਰ, ਆਜ਼ਾਦ ਕਹਿੰਦੇ ਗੰਨੇ ਦੀ, ਇਸ ਪਾਸੇ ਨੂੰ ਕਰ ਮਾੜਾ ਜਿਹਾ। ਹਾਂਜੀ ਵੀਰ। ਸਰਬਜੀਤ ਖਾਲਸਾ ਆਜ਼ਾਦ ਉਮੀਦਵਾਰ। ਅੱਛਾ ਹਾਂਜੀ, ਸਰਬਜੀਤ ਖਾਲਸਾ ਜੀ ਆਜ਼ਾਦ ਉਮੀਦਵਾਰ। ਆਜ਼ਾਦ ਉਮੀਦਵਾਰ, ਉੱਧਰ ਚੱਲ ਮਾੜਾ। ਆ ਬੀਬੀ ਵਾਲੇ ਪਾਸੇ ਕਰੀ, ਆ ਬੀਬੀ, ਬੀਬੀ ਕਿਹੜਾ ਪਿੰਡ? ਬੀਬੀ ਟੁੱਡੀ ਆ ਵੀ। ਅੱਛਾ ਟੁੱਡੀ ਆ, ਤੁਹਾਡੇ ਪਿੰਡ ਵੀ ਜਾ ਕੇ ਆਏ ਆ, ਕੀ ਲੱਗਦਾ ਬੀਬੀ ਕਿਹੜਾ ਜਿੱਤੂ? ਅਸੀਂ ਤਾਂ ਕਹਿੰਦੇ ਅੰਮ੍ਰਿਤ ਪਾਲਦੇ ਆ, ਸਰਬਜੀਤ ਖਾਲਸਾ ਜਿੱਤੂ। ਅੱਛਾ ਸਰਬਜੀਤ ਖਾਲਸਾ, ਤੁਹਾਡੇ ਪਿੰਡ ਵਾਲੇ ਵੀ ਐਂ ਕਹਿੰਦੇ ਸੀਗੇ। ਇੱਧਰ ਆ ਮਾੜਾ ਯਾਰ ਰਜਿੰਦਰ, ਦੁਕਾਨ ਵਾਲੇ ਪਾਸੇ ਬਾਊ ਜੀ ਵਹਿਣੇ ਆ, ਹਾਲਾਂਕਿ ਜਦੋਂ ਕਿ ਦੁਕਾਨ ਚ ਵੜੀ ਦਾ ਥੋੜਾ ਅੰਦਾਜ਼ਾ ਹੋ ਜਾਂਦਾ। ਵੀਰ ਕੀ ਲੱਗਦਾ ਕਿਹੜਾ ਅੱਗੇ ਆ? ਬੀਜੇਪੀ ਦੇ ਜ਼ਿਆਦਾ ਚਾਂਸ ਆ ਜੀ। ਲਓ ਜੀ ਮੈਂ ਕਿਹਾ ਸੀ ਨਾ, ਦੁਕਾਨ ਚ ਵੜਦੇ ਹੀ ਪਤਾ ਲੱਗ ਜਾਂਦਾ ਵੀ ਕੀ ਕਹਿਣਾ ਵੀਰ ਨੇ। ਤਾਂ ਦੇਖੋ ਮਿਲੀ ਜੁਲੀ ਪ੍ਰਤੀਕਿਰਿਆ, ਇਹ ਫਰੀਦਕੋਟ ਦੀ ਜਨਤਾ, ਤਾਂ ਫਰੀਦਕੋਟ ਦੀ ਜਨਤਾ ਨੇ ਕਿਹਦੇ ਹੱਕ ਦੇ ਵਿੱਚ ਫਤਵਾ ਦਿੱਤਾ ਇਹ ਤਾਂ ਹੁਣ, ਹਾਲਾਂਕਿ ਜਦੋਂ ਗਿਣਤੀ ਹੋਈ ਉਹਦਾ ਪਤਾ ਲੱਗੂਗਾ, ਪਰ ਹਾਂ ਹਵਾ ਜੀ ਜਿਹੜੀ ਹੈ ਜ਼ਰੂਰ ਪਤਾ ਲੱਗਦੀ ਹੈ। ਇਸ ਪਾਸੇ ਆ ਮਾੜ ਰਜਿੰਦਰ, ਉਹ ਸਰਦਾਰ ਜਿਹੜੇ ਇੱਕ ਦੋ ਬੰਦੇ ਹੋਰ ਭੁਗਤਾ ਦਈਏ ਆਪਾਂ। ਬਾਪੂ ਜੀ ਖੜੇ 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 ਬਾਪੂ ਜੀ, ਵੋਟਾਂ ਵੋਟਾਂ ਪਾਈਆਂ, ਗੱਲਾਂ ਬਾਤਾਂ ਕੀਤੀਆਂ, ਕਿਹੜਾ ਚੇਤਾ ਲੱਗਿਆ? ਕੋਈ ਸਮਝ ਨਹੀਂ ਆਉਂਦੀ। ਫਿਰ ਵੀ
ਅਸੀਂ ਤਾਂ ਝਾੜੂ ਨੂੰ ਪਾਈਆਂ ਪਹਿਲਾਂ ਕਿਧਰ ਹੁੰਦੇ ਸੀ ਝਾੜੂ ਨਾਲ ਹੀ ਪਹਿਲਾਂ ਉਦੋਂ ਉਦੋਂ ਵੀ ਪਹਿਲਾਂ ਝਾੜੂ ਹੁਣ ਆਇਆ ਝਾੜੂ ਨਹੀਂ ਪਹਿਲਾਂ ਐਮਪੀ ਜੋ ਸਾਧੂ ਬਣਿਆ ਅੱਛਾ ਹਾਂ ਉਦੋਂ ਇਸ ਪਾਸੇ ਆਮੜ ਹੈ ਬਾਈ ਜੀ ਕੀ ਲੱਗਦਾ ਕਿਹੜਾ ਜਤਰਿਆ ਝਾੜੂ ਲੱਗਦਾ ਜੀ ਝਾੜੂ ਲੱਗਦਾ ਹਾਂਜੀ ਅੱਛਾ ਇੱਕ ਮਿੰਟ ਹੋਰ ਪਿੱਛੇ ਆ ਵੀਰ ਨੇ ਹਾਂ ਵੀਰ ਕਿਹੜਾ ਜਦ ਲੱਗਦਾ ਗੰਨੇ ਵਾਲਾ ਜਾਂ ਪੰਜਾ ਗੰਨੇ ਵਾਲਾ ਜਾਂ ਪੰਜਾ ਲੈ ਵੀ ਪਿੱਛੇ ਆ ਮਾੜਾ ਗੁਰਜਿੰਦਰਾ ਦੁਕਾਨ ਚ ਮਾਰੀ ਲੱਟ ਮਾੜੀ ਜੀ ਆ ਵੀਰ ਵਾਲੇ ਪਾਸੇ ਵੀ ਕਰੀਏ ਵੀਰ ਕੀ ਲੱਗਦਾ ਕਿਹੜਾ ਅੱਗੇ ਦੇਖੋ ਜੀ ਮੁਕਾਬਲਾ ਬਰਾਬਰ ਦਾ ਹੀ ਹੈ ਵੇਖੋ ਝਾੜੂ ਦੇ ਪੰਜੇ ਦਾ ਹੀ ਆ ਝਾੜੂ ਦੇ ਪੰਜਾ ਝਾੜੂ ਤੇ ਪੰਜਾ ਬਾਹਰ ਨੂੰ ਚੜ ਜਿੰਦਰ ਮਾੜਾ ਧਿਆਨ ਨਾਲ ਉਤਰੀ ਝਾੜੂ ਤੇ ਪੰਜਾ ਕਹਿੰਦੇ ਤਾਂ ਭਾਈ ਸਾਰਿਆਂ ਦੀ ਪ੍ਰਤੀਕਿਰਿਆ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤਾਂ ਵੀਰੇ ਖੜੇ ਹੋ ਇੱਕ ਮਿੰਟ ਜਾਂਦੇ ਜਾਂਦੇ ਆ ਦੋ ਬੰਦੇ ਹੋਰ ਭੁਗਤਾ ਲਈਏ ਵੀਰੇ ਕੀ ਲੱਗਦਾ ਕਿਹੜਾ ਬਾਜੀ ਮਾਰ ਗਿਆ ਐਤਕੀ ਵੋਟਾਂ 'ਚ ਅਕਾਲੀ ਦਾ ਲੱਗਦਾ ਤੁਹਾਨੂੰ ਪਤਾ ਅਕਾਲੀ ਦਾ ਲੱਗਦਾ ਪੱਕੇ ਸਪੋਰਟਰ ਲੱਗਦੇ ਆ ਨਹੀਂ ਨਹੀਂ ਆਪਾਂ ਤੁਹਾਨੂੰ ਅੱਛਾ ਤਾਂ ਇਹ ਫਰੀਦਕੋਟ ਹੈ ਜੀ ਇਹ ਫਰੀਦਕੋਟ ਦਾ ਘੰਟਾ ਘਰ ਚੌਂਕ ਹੈ ਇਹ ਤਸਵੀਰਾਂ ਤੁਹਾਡੇ ਸਾਹਮਣੇ ਫਰੀਦਕੋਟ ਬਾਜ਼ਾਰ ਦੀਆਂ ਅਤੇ ਇੱਥੋਂ ਦੇ ਲੋਕਾਂ ਦੀ ਰਾਇ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਕਿ ਕੌਣ ਜਿੱਤ ਰਿਹਾ ਅਤੇ ਕਿਹਦੇ ਹੱਕ ਦੇ ਵਿੱਚ ਲੋਕਾਂ ਨੇ ਫਤਵਾ ਦਿੱਤਾ ਖੈਰ ਅਸਲ ਨਤੀਜਾ ਤਾਂ 4 ਜੂਨ ਨੂੰ ਆਏਗਾ ਪਰ ਹਾਂ ਲੋਕਾਂ ਦੀ ਰਾਇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਫੈਸਲਾ ਤੁਸੀਂ ਆਪ ਕਰਨਾ ਕੈਮਰਾਮੈਨ ਰਜਿੰਦਰ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ ਨਿਊਜ਼ 18 ਫਰੀਦਕੋਟ